गुरु जी कहते हैं, तुझे सेवा का मौका दे रहा हूँ, ये ब्लेसिंग जरूरतमंदों के साथ शेयर कर देना। संगत जी, ये एक बहुत ही पावरफुल ब्लेसिंग है, मैसेज है, संदेश है। आप इसे पूरा सुने, एंड तक सुने और ज़्यादा से ज़्यादा इसको शेयर करें। गुरु जी करेंगे कल्याण, है ना। क्या पता इस को सुन के कितने बच्चों का भला हो जाए। एक बहुत अमीर बंदा कई दिनों तो गुरुद्वारा साहब आ रहा सी। वो भाई साहब नू बार बार पूछ रहा सी, मैं रुमाला भेट करना है, मेरी सारी गल हो गई है, 4 लाख रुपये दे विच सारा सैट तैयार होके आ जाना है, बस तुसी मैनू रंग दसना है, मैनू किन्ने दिन हो गए तुहाडे कोल आउंदिया। भाई साहब भी कहन लगे सरदार साहब जी, मैं रोज बेनती करदा है, कोई एहो जिहा रंग है ही नहीं जिहड़ा साडे कोल रुमाले दा सैट ना होवे। भरिया पिया अंदर कमरे, रमारियां भरियां पईआं, इक इक रंग दे दो दो सैट तां है ने, पर ऐसा कोई नहीं भी कोई रंग ना होवे। हजे उह गल्लां ही कर रहे सन, आपस विच ही अचानक एक बच्चा आया जिहदे गल विच सरोपा पाया होया खट्टे रंग दा, ਤੇ ਬੜੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬਹੁਤ ਫੁੱਟ ਫੁੱਟ ਕੇ ਰੋਣ ਲੱਗ ਪਿਆ। ਹੁਣ ਸਤਿਗੁਰੂ ਦੱਸੋ ਮੈਂ ਕੀ ਕਰਾਂ। ਰੋਂਦੇ ਵੱਲ ਦੇਖ ਕੇ ਉਸ ਅਮੀਰ ਬੰਦੇ ਦਾ ਧਿਆਨ ਚਲਾ ਗਿਆ। ਉਹਦੇ ਕੰਧੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ, ਪੁੱਤ ਕਿਉਂ ਰੋ ਰਹੇ ਹੋ? ਉਸ ਬੱਚੇ ਨੇ ਗੱਲ ਦੱਸੀ, ਕਹਿਣ ਲੱਗੇ, ਅੰਕਲ ਜੀ, ਮੇਰੀ ਮਾਂ ਨੇ ਮੈਨੂੰ ਦੱਸਿਆ, ਜਦ ਮੈਂ ਛੋਟਾ ਸਾਂ, ਮੇਰੇ ਪਿਤਾ ਜੀ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਚੜੇ ਸਨ। ਅਚਾਨਕ ਤਾਰ ਟੁੱਟ ਗਈ, ਥੱਲੇ ਡਿੱਗ ਪਏ, ਮੌਤ ਹੋ ਗਈ। ਉਹਨਾਂ ਦੀ ਮੌਤ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ, ਮੇਰੀ ਮਾਂ ਦੇ ਗਲ 'ਚ ਸਰੋਪਾ ਪਾ ਕੇ ਜੈਕਾਰੇ ਛੱਡ ਦਿੱਤੇ। ਮੇਰੀ ਮਾਂ ਘਰ ਵਿੱਚ ਰਹਿੰਦੀਆਂ ਜਦੋਂ ਕਦੇ ਔਖੀ ਆਉਂਦੀ, ਸਾਨੂੰ ਰੋਟੀ ਨਹੀਂ ਮਿਲਦੀ, ਮੁਸ਼ਕਲਾਂ ਬਣਦੀਆਂ ਨੇ, ਤਦ ਇਸ ਸਰੋਪੇ ਨੂੰ ਅੱਖਾਂ ਨਾਲ ਲਾ ਕੇ ਰੋ ਪੈਂਦੀ ਹੈ। ਦੱਸੋ ਮੇਰੇ ਸਾਈਆਂ, ਹੁਣ ਮੈਂ ਕਿੱਧਰ ਜਾਵਾਂ, ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ? ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ, ਮੈਂ ਫੀਸ ਨਹੀਂ ਦੇ ਪਾਇਆ। ਕਿੰਨੇ ਮਹੀਨੇ ਹੋ ਗਏ ਮਾਂ ਨੂੰ ਕਹਿੰਦੇ ਹਾਂ, ਪਰ ਪੈਸੇ ਨਹੀਂ, ਮੈਂ ਫੀਸ ਨਹੀਂ ਦੇ ਪਾਇਆ, ਮੈਨੂੰ ਸਕੂਲੋਂ ਕੱਢ ਦਿੱਤਾ ਹੈ। ਅੱਜ ਵੀ ਮੈਂ ਮਾਂ ਨੂੰ ਜਦੋਂ ਪੁੱਛਿਆ, ਮਾਂ ਮੈਂ ਦੱਸ ਹੁਣ ਕਿਵੇਂ ਪੜਾਂਗਾ, ਮੈਨੂੰ ਬੜਾ ਹੀ ਚਾਅ ਸੀ ਪੜਨ ਦਾ, ਤੇ ਅੱਜ ਵੀ ਮੇਰੀ ਮਾਂ ਉਹ ਸਰੋਪਾ ਲੈ ਕੇ ਉਹਨੂੰ ਰੋਣ ਲੱਗ ਪਈ, ਪਰ ਅੱਜ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ। ਮੈਂ ਪੁੱਛਿਆ, ਮਾਂ ਜਦ ਵੀ ਕੋਈ ਘਰ 'ਚ ਦੁੱਖ ਸੁੱਖ ਹੁੰਦਾ, ਤੂੰ ਸਰੋਪੇ ਨੂੰ ਆਪਣੇ ਗਲ 'ਚ ਪਾ ਕੇ ਰੋਣ ਲੱਗ ਪੈਂਦੀ ਹੈ, ਅੱਖਾਂ ਨੂੰ ਲਾ ਕੇ ਰੋਣ ਲੱਗ ਪੈਂਦੀ ਹੈ? ਮੇਰੀ ਮਾਂ ਨੇ ਮੈਨੂੰ ਆਹ ਕਹਾਣੀ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਸੰਗਤਾਂ ਨੇ ਸਰੋਪਾ ਦੇ ਕੇ ਤਾਂ ਤੋੜ ਦਿੱਤਾ, ਜੈਕਾਰੇ ਤਾਂ ਲਾ ਦਿੱਤੇ, ਪਰ ਸਾਡੇ ਜੀਵਨ ਦੇ ਦੁੱਖ ਸੁੱਖ ਦਾ ਸਾਥੀ ਕੋਈ ਨਾ ਬਣਿਆ। ਹੁਣ ਮੇਰੀ ਫੀਸ ਨਹੀਂ ਦਿੱਤੀ ਕਿਸੇ ਨੇ, ਤੇ ਮੈਂ ਅੱਜ ਸਕੂਲੋਂ ਹਟ ਗਿਆ। ਮੈਨੂੰ ਅੱਜ ਪਤਾ ਲੱਗਿਆ ਮਾਂ ਦੀ ਦਰਦ ਕਹਾਣੀ ਦਾ। ਉਸੇ ਵੇਲੇ ਅਮੀਰ ਨੇ ਉਹਨੂੰ ਗੋਦੀ ਵਿੱਚ ਚੁੱਕਿਆ, ਮੱਥਾ ਚੁੰਮਿਆ, ਕਹਿਣ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤਾਂ ਭਾਈ ਸਾਹਿਬ ਨੂੰ ਪੁੱਛਦਾ ਸਾਂ ਰੋਜ਼,
ਕਿਹੜੇ ਰੰਗ ਦਾ ਰੁਮਾਲਾ ਦਿਆਂ? ਇਹਨਾਂ ਨੇ ਤਾਂ ਮੈਨੂੰ ਨਹੀਂ ਦੱਸਿਆ, ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਦੱਸ ਦਿੱਤਾ ਮੈਨੂੰ ਕਿਹੜੇ ਰੰਗ ਦਾ ਰੁਮਾਲਾ ਦੇਣਾ ਚਾਹੀਦਾ। ਮੈਨੂੰ ਅੱਜ ਪਤਾ ਲੱਗਾ ਪੁੱਤ ਵੇ, ਮੈਂ ਹੁਣ ਉਹ 4-4 ਲੱਖ ਰੁਪਈਏ ਦੇ ਰੁਮਾਲੇ ਨਹੀਂ ਚੜਾਉਣੇ, ਹੁਣ ਮੈਂ ਅੱਜ ਤੋਂ ਬਾਅਦ ਤੇਰੀ ਫੀਸ ਦਿਆਂਗਾ ਅਤੇ ਤੇਰੀ ਮਾਂ ਨੂੰ ਆਪਣੀ ਭੈਣ ਜਾਣ ਕੇ ਆਪਣੇ ਕੰਮ ਤੇ ਰੱਖਾਂਗਾ। ਨਾਲੇ ਤੁਸੀਂ ਸੁੱਖ ਦੀ ਰੋਟੀ ਖਾਵੋ, ਨਾਲੇ ਪੁੱਤ ਵੇ ਤੂੰ ਪੜ੍ਹ ਕੇ ਕਿਸੇ ਵੇਲੇ ਸਿੱਕੀ ਦਾ ਨਾਂ ਚਮਕਾਵੀ। ਮੈਂ ਅੱਜ ਤੋਂ ਬਾਅਦ ਰੁਮਾਲੇ ਨਹੀਂ, ਅੱਜ ਤੋਂ ਬਾਅਦ ਕਿਸੇ ਬੱਚੇ ਦੀ ਫੀਸ ਦੇ ਕੇ ਉਹਦੇ ਅਥਰੂ ਪੂੰਝ ਕੇ ਮੈਨੂੰ ਅੱਜ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਬਚਪਨ ਵਿੱਚ ਕਿਸੇ ਗਰੀਬ ਦੇ ਗਲ ਵਿੱਚ ਪਾਇਆ ਹੋਇਆ ਚੋਲਾ ਆਪਣਾ ਲਾਹ ਕੇ ਜਦੋਂ ਪਾਇਆ ਸੀ ਤਾਂ ਮੈਨੂੰ ਸਾਨੂੰ ਸਮਝ ਨਹੀਂ ਲੱਗ ਸਕੀ। ਅੱਜ ਪਤਾ ਲੱਗਿਆ ਭਈ ਇਹ ਨਿਰੇ ਗੁਰੂ ਨੂੰ ਰੁਮਾਲੇ ਚੜਾਈ ਜਾਣ ਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਅਸੀਂ ਕਿਸੇ ਗਰੀਬ ਦੀ ਸਾਰ ਲਈਏ, ਕਿਸੇ ਬੱਚੇ ਦੀ ਫੀਸ ਭਰੀਏ। ਜਿੱਥੇ ਲੋੜ ਹੈ ਰੁਮਾਲਾ ਸਾਹਿਬ ਭੇਟ ਕਰੋ, ਬਹੁਤ ਮੁਬਾਰਕ। ਪਰ ਜੇ ਇਤਨੇ ਰੁਮਾਲੇ ਭੇਟ ਕਰ ਰਹੇ ਹੈ, ਦੂਜੇ ਪਾਸੇ ਸਾਡੀ ਕੌਮ ਦੇ ਬੱਚੇ ਸਹਿਕਦੇ ਨੇ ਪੜ੍ਹਨ ਵਾਸਤੇ, ਕਿਸੇ ਉੱਚ ਪਦਵੀਆਂ ਤੇ ਜਾਣ ਵਾਸਤੇ, ਅੱਜ ਸਾਡਾ ਫਰਜ਼ ਬਣਦਾ ਆਪਣੇ ਆਪ ਨੂੰ ਸੋਚੀਏ ਵਿਚਾਰੀਏ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਕਰੀਏ ਜਿਹਦੇ ਨਾਲ ਸਤਿਗੁਰੂ ਦਾ ਮਨ ਮੰਨ ਜਾਏ। ਮੈਨੂੰ ਲੱਗਦਾ ਵੀ ਕਿਸੇ ਗਰੀਬ ਬੱਚੇ ਦੀ ਬਾਂਹ ਪਕੜ ਲੈਣੀ ਗੁਰੂ ਨੂੰ ਰੁਮਾਲਾ ਭੇਟ ਕਰਨ ਤੋਂ ਬਜਾਏ ਇਸ ਕਰਮ ਦੇ ਵਿੱਚ ਸਹਾਈ ਹੋਣਾ, ਗੁਰੂ ਜੀ ਦਾ ਮਨ ਬਹੁਤਾ ਮੰਨ ਜਾਏਗਾ। ਭੁੱਲਾਂ ਦੀ ਖਿਮਾ। ਸੰਗਤ ਜੀ, ਇਹ ਇੱਕ ਸੇਵਾ ਹੈ, ਕਮ ਸੇ ਕਮ ਦੋ ਲੋਕੋ ਕੇ ਸਾਥ ਆਪ ਜ਼ਰੂਰ ਸ਼ੇਅਰ ਕੀਜੀਏ, ਲਾਈਕ ਕੀਜੀਏਗਾ, ਕਮੈਂਟ ਮੇਂ ਗੁਰੂ ਜੀ ਕਾ ਸ਼ੁਕਰਾਨਾ ਵੀ ਜ਼ਰੂਰ ਕੀਜੀਏਗਾ। ਜੈ ਗੁਰੂ ਜੀ।